ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ। ਅਤੇ ਅਜੀਤ ਸਿੰਘ ਦਾ ਸੀ ਜਨਮਦਿਨ, ਅਤੇ ਅੱਜ ਆਪਾਂ ਲੈਣ ਆਏ ਸੀ ਅਜੀਤ ਸਿੰਘ ਲਈ ਬਹੁਤ ਹੀ ਖਾਸ ਚੀਜ਼। ਅੱਜ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਕੀ ਚੀਜ਼ ਆ। ਅਤੇ ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਤੁਸੀਂ ਆਪਦੇ ਬੱਚੇ ਨੂੰ ਕੋਈ ਉਹਦੀ ਰੀਝ ਪੂਰੀ ਕਰਨ ਲੱਗਦੇ ਜਾਂ ਕੋਈ ਚੀਜ਼ ਲੈ ਕੇ ਦੇਣ ਲੱਗਦੇ ਆ, ਉਹਦੀ ਫੋਟੋ ਜਾਂ ਵੀਡੀਓ ਜ਼ਰੂਰ ਬਣਾ ਲਿਆ ਕਰੋ। ਕਿਉਂਕਿ ਅੱਜ ਦੇ ਦੌਰ ਵਿੱਚ ਜਦੋਂ ਮੈਂ ਆਪਦੀ ਗੱਲ ਦੱਸਦਾ ਵੀ ਜਦੋਂ ਮੈਂ ਅਜੀਤ ਸਿੰਘ ਨੂੰ ਇੰਨਾ ਪਿਆਰ ਕਰਦਾ ਅਤੇ ਮੈਂ ਸੋਚਦਾ ਹੁੰਦਾ ਵੀ ਮੇਰੇ ਫਾਦਰ ਸਾਹਿਬ ਨੇ ਵੀ ਮੈਨੂੰ ਇੰਨੇ ਹੀ ਲਾਡ ਲੜਾਏ ਹੋਣਗੇ। ਕਿਉਂਕਿ ਅੱਜ ਫਾਦਰ ਸਾਹਿਬ ਦਾ ਗੁੱਸਾ ਸੁਭਾਅ ਗੁੱਸੇ ਵਾਲਾ, ਅਤੇ ਵੀ ਛੋਟੇ ਹੁੰਦੇ ਨੂੰ ਮੈਨੂੰ ਵੀ ਜਿੱਦਾਂ ਮੈਂ ਇਹਦੇ ਨਾਲ ਲਾਡੀਆਂ ਫਾਡੀਆਂ ਕਰਦਾ ਵੀ ਮੈਨੂੰ ਉੱਦਾਂ ਹੀ ਲਾਡੀਆਂ ਫਾਡੀਆਂ ਕਰਦੇ ਹੋਣਗੇ। ਇਸ ਕਰਕੇ ਮੈਂ ਕਹਿੰਦਾ ਵੀ ਆਪਦੇ ਬੱਚੇ ਦੀ ਫੋਟੋ ਜ਼ਰੂਰ ਵੀਡੀਓ ਬਣਾ ਲਿਆ ਕਰੋ। ਕਿਉਂਕਿ ਕੱਲ੍ਹ ਨੂੰ ਜਦੋਂ ਉਹ ਵੱਡਾ ਹੁੰਦਾ ਜਾਂ ਕੁਛ ਆ, ਉਹ ਇਸ ਚੀਜ਼ ਨੂੰ ਦੇਖ ਕੇ ਬੜਾ ਖੁਸ਼ ਹੋਊਗਾ ਅਤੇ ਤੁਹਾਡੇ ਕੋਲ ਵੀ ਯਾਦਾਂ ਰਹਿ ਜਾਣਗੀਆਂ। ਕਿਉਂਕਿ ਇਹ ਬਹੁਤ ਜਿਹੜੀ ਛੋਟੀ ਉਮਰ ਆ, ਇਹ ਬਹੁਤ ਜ਼ਰੂਰੀ, ਮਤਲਬ ਕਿਉਂਕਿ ਹਰੇਕ ਬੰਦਾ ਚਾਹੁੰਦਾ ਕਿ ਫਿਰ ਬੱਚਿਆਂ ਦੀ ਜ਼ਿੰਦਗੀ ਕਿਤੇ ਆ ਜਾਵੇ ਨਾ, ਉਹਦੇ ਨਾਲ ਦੀ ਰੀਸ ਨਹੀਂ। ਅਤੇ ਹੁਣ ਗੱਲ ਕਰਦੇ ਹਾਂ ਸਰਦਾਰ ਸਾਹਿਬ ਅਜੀਤ ਸਿੰਘ ਹੋਣਾ ਦੀ। ਅਤੇ ਦੇਖੋ, ਅਜੀਤ ਸਿੰਘ ਨੇ ਸਾਰੇ ਥਾਈਂ ਫੈੜ ਪਾਇਆ ਹੋਇਆ। ਕਿਹੜੀ ਚੀਜ਼ ਆ ਜਿਹੜੀ ਅਜੀਤ ਸਿੰਘ ਹੋਣੀ ਕਹਿੰਦੇ ਵੀ ਨਹੀਂ ਲੈਣੀ? ਜੋ ਹੱਥ ਆਉਂਦਾ ਚੱਕਦੇ ਆ ਅਤੇ ਚੱਕ ਕੇ ਆਪਦੀ ਟੋਕਰੀ 'ਚ ਸੁੱਟ ਲੈਂਦੇ ਆ। ਅਤੇ ਲਓ ਜੀ, ਉਹ ਖਾਸ ਚੀਜ਼ ਇਹ ਸੀ ਵੀ ਅੱਜ ਅਜੀਤ ਸਿੰਘ ਹੋਣਾ ਲਈ ਲੈਣ ਆਏ ਸੀ ਸਾਈਕਲ ਹੀ, ਕਿਉਂਕਿ ਇਹਦਾ ਹੈਗਾ ਬਰਥਡੇ। ਸਾਈਕਲ ਹੀ ਕਰ ਲਈ ਆ ਜੀ ਪਸੰਦ, ਅਤੇ ਰੰਗ ਵੀ ਕਹਿੰਦਾ ਸੋਹਣਾ ਆ ਅਤੇ ਚੱਲਣ ਨੂੰ ਵੀ ਠੀਕ ਆ। ਬਾਕੀ ਉੱਪਰ ਬਹਿ ਕੇ ਤਾਂ ਹਜੇ ਆਉਂਦੀ ਨਹੀਂ। ਕਹਿੰਦਾ ਵੀ ਇੱਦਾਂ ਰੂੜੀ ਰੂੜੀ ਸੋਹਣੀ ਲੱਗਦੀ ਆ, ਵੀ ਇਹਨੂੰ ਹੀ ਲੈ ਲਈਏ। ਚਲੋ, ਜਿਹੜਾ ਜ਼ਰੂਰੀ ਕੰਮ ਸੀ ਸਾਈਕਲ ਹੀ ਵੀ ਹੋ ਗਈ ਆ ਡਨ। ਅਤੇ ਪਰ ਇੱਕ ਗੱਲ ਆ ਵੀ ਅਜੀਤ ਸਿੰਘ ਨੇ ਦੱਸ ਦਿੱਤਾ ਵੀ ਇੱਕ ਵਾਰੀ ਮੈਨੂੰ ਬਾੜਤਾ ਆ ਇੱਥੇ, ਅਤੇ ਪਤਾ ਗਿਆ ਲੱਗ ਕੀ ਬੈਟ ਕੀ ਬੋਲ ਬਈ। ਮੈਂ ਕਿਹਾ ਜੱਟ ਨੇ ਛੱਡਿਆ ਹੀ ਕੱਖ ਨਹੀਂ। ਜੋ ਹੱਥ ਆਇਆ ਉਹ ਆਪਦੇ ਬੈਗ 'ਚ, ਜੋ ਹੱਥ ਆਇਆ ਉਹ ਆਪਦੇ ਬੈਗ 'ਚ। ਭਾਵੇਂ ਖੇਡੇ ਹੈ ਨਾ, ਪਰ ਗੱਲ ਇਹ ਆ ਵੀ ਜਿਹੜੀ ਚੀਜ਼ 'ਤੇ ਦਿਲ ਆ ਗਿਆ ਉਹ ਲੈਣੀ ਜ਼ਰੂਰ ਆ। ਅਤੇ ਲਓ ਜੀ, ਬੈਟ ਮੈਨੂੰ ਫੜਾ ਗਿਆ ਅਤੇ ਕਹਿੰਦਾ ਲਓ ਜੀ ਬੋਲ ਵੀ ਆ, ਅਤੇ ਆ ਲਓ ਜੀ ਬੋਲ ਕਰਾ ਕੇ ਦੇਖ ਲਈ ਆ। ਅਤੇ ਬੋਲ ਜਾ ਵੜੀ ਹੋਰ ਪਾਸੇ, ਅਤੇ ਕੋਈ ਚੱਕਰ ਹੀ ਨਹੀਂ, ਆਪਾਂ ਤਾਂ ਚੱਕ ਹੀ ਲਿਆਉਣੇ ਆ ਜਿੱਥੇ ਮਰਜ਼ੀ ਵੜ ਜਾਵੇ। ਅਤੇ ਲਓ ਜੀ ਬੋਲ ਵੀ ਕਿਆ ਸੋਹਣੀ ਆ, ਕਿਉਂਕਿ ਬੜਾ ਵਧੀਆ ਚੀਜ਼ ਦੀ ਬਣਾਈ ਸੀ, ਸੱਟ ਸੁੱਟ ਨਹੀਂ ਇਹਦੀ ਲੱਗਦੀ, ਵਧੀਆ ਚੀਜ਼, ਬੈਟ ਵੀ ਸੋਹਣਾ ਸੀ। ਅਤੇ ਆ ਲਓ ਜੀ, ਅਸੀਂ ਬੈਟ ਨਾਲ ਹੀ ਕਰਤਾ ਗੋਲ, ਹਜੇ ਪਤਾ ਨਹੀਂ ਵੀ ਗੋਲ ਫੁੱਟਬਾਲ ਨਾਲ ਕਰੀਦਾ, ਪਰ ਅਸੀਂ ਬੈਟ ਨਾਲ ਹੀ ਕਰਕੇ ਖੁਸ਼ ਹਾਂ। ਅਤੇ ਆ ਲਓ ਜੀ, ਚੀਜ਼ਾਂ ਤਾਂ ਜਿਹੜੀਆਂ ਦੇਖਣੀਆਂ ਦੇਖਣੀਆਂ ਸੀ, ਤਾਂ ਇਹ ਵੀ ਦੇਖਣਾ ਵੀ ਇਹਨਾਂ ਨੇ ਖੂੰਜਿਆਂ 'ਚ ਕੀ ਰੱਖਿਆ ਹੋਇਆ। ਅਤੇ ਆ ਲਓ ਜੀ, ਬੋਲ ਇੱਕ ਹੋਰ ਪਸੰਦ ਆ ਗਈ ਆ, ਅਤੇ ਉਹ ਵੀ ਚੱਕ ਲਿਆਏ ਆ। ਅਤੇ ਲਓ ਜੀ, ਲਿਆ ਕੇ ਆਪਦੀ ਟੋਕਰੀ 'ਚ ਰੱਖਣਗੇ? ਨਹੀਂ, ਪਹਿਲਾਂ ਕਹਿੰਦੇ ਵੀ ਗੋਲ ਕਰਾਂਗੇ ਵਿੱਚ ਆਪ ਵੜ ਕੇ। ਐਂ? ਅੱਛਾ, ਬੋਲ ਦੂਜੀ ਚੱਕਣ ਗਏ ਸੀ। ਅਤੇ ਲਓ ਜੀ, ਦੂਜੀ ਬੋਲ ਚੱਕ ਕੇ ਲਿਆ ਕੇ ਸੁੱਟ ਲਈ, ਅਤੇ ਵਾਰੀ ਆ ਗਈ ਆ। ਆ ਸਕੇਟ ਜਿਹੇ ਸ਼ੂ ਜਿਹੇ ਲੈਣੇ ਸੀਗੇ, ਵੀ ਇਹ ਲੈਣੇ ਸੀ ਪ੍ਰਭ ਲਈ। ਕਹਿੰਦੇ ਹੁੰਦੇ ਆ ਵੀ ਜਿੱਥੇ ਸੂਤ ਲੱਗਦਾ ਹੋਵੇ ਉੱਥੇ ਲਾ ਲੈਣਾ ਚਾਹੀਦਾ। ਲੈਣੇ ਪ੍ਰਭ ਲਈ ਸੀਗੇ, ਅਤੇ ਸਰਦਾਰ ਉਹਨਾਂ ਨੇ ਹੈਲਮਟ ਵੀ ਰੱਖ ਲਿਆ ਆ, ਅਤੇ ਆਪਦੇ ਲਈ ਵੀ ਇੱਕ ਜੋੜੀ ਬਲਿਊ ਸ਼ੂਆਂ ਦੀ ਕੱਢ ਕੇ ਰੱਖ ਲਈ ਆ। ਵੀ ਕਹਿੰਦਾ ਵੀ ਪਿੰਕ ਤਾਂ ਹੋ ਗਿਆ ਦੀਦੀ ਦੇ, ਅਤੇ ਬਲਿਊ ਹੋ ਗਿਆ ਅਜੀਤ ਸਿੰਘ ਦੇ, ਭਾਵੇਂ ਚਲਾਉਣੇ ਆਉਣ
ਚਾਹੇ ਨਾ ਆਉਣ, ਪਰ ਜਿਹੜੀ ਚੀਜ਼ ਅਸਾਂ ਲੈਣੀ ਆ ਉਹ ਤਾਂ ਲੈਣੀ ਹੀ ਲੈਣੀ ਆ, ਜੋ ਮਰਜ਼ੀ ਦੁਨੀਆ ਇੱਧਰ ਦੀ ਇੱਧਰ ਹੋ ਜਾਵੇ। ਅਤੇ ਲਓ ਜੀ ਸਮਝਾਇਆ ਵੀ ਪੁੱਤ ਤੂੰ ਕੀ ਕਰਨੇ ਆ ਇਹ ਬੂਟ, ਪਰ ਨਹੀਂ ਕਹਿੰਦੇ ਵੀ ਲੈ ਕੇ ਹੀ ਜਾਵਾਂਗੇ ਜੋ ਮਰਜ਼ੀ ਹੋ ਜਾਵੇ, ਭਾਵੇਂ ਇੱਕ ਪੈਰ ਹੋਰ ਅਤੇ ਭਾਵੇਂ ਇੱਕ ਪੈਰ ਹੋਰ ਲੈ ਜਾਈਏ, ਪਰ ਲਿਜਾਵਾਂਗੇ ਜ਼ਰੂਰ। ਨਹੀਂ ਬਈ ਆਪਦੇ ਰੱਖ ਲਏ, ਕਹਿੰਦਾ ਦੀਦੀ ਦੇ ਭਾਵੇਂ ਛੱਡ ਜਾਓ, ਇਹ ਤਾਂ ਲੈ ਕੇ ਹੀ ਜਾਊਂ। ਅਤੇ ਆ ਜੀ ਅਜੀਤ ਸਿੰਘ ਹੁਣੀ ਹੁਣ ਗਏ ਥੱਕ, ਕਿਉਂਕਿ ਗੇੜੇ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖ ਲਈਆਂ ਖੇਡਣ ਵਾਲੀਆਂ, ਹੁਣ ਥੱਕ ਗਏ ਅਤੇ ਆਰਾਮ ਫਰਮਾ ਹੋ ਰਿਹਾ। ਅਤੇ ਆਰਾਮ ਕਰਕੇ ਕਹਿੰਦੇ ਆਈਸਕ੍ਰੀਮ ਖਾਣੀ ਆ, ਅਤੇ ਇਹਦੇ ਨਾਲ ਅਸੀਂ ਸਾਰਾ ਲਿਬੜਨਾ ਆ, ਅਤੇ ਨਾਲੇ ਅਸੀਂ ਖਾਣਾ ਆ ਬਰਗਰ। ਅਤੇ ਪਹਿਲਾਂ ਆਈਸਕ੍ਰੀਮ ਲੈ ਤੀ ਆ, ਅਤੇ ਜਦੋਂ ਲੈ ਤੀ ਅਤੇ ਫਿਰ ਕਹਿੰਦਾ ਠੰਡੀ ਬਹੁਤ ਆ। ਅਤੇ ਆਹ ਲਓ ਜੀ ਜੀਭਾਂ ਲੱਗਦੀਆਂ ਹੋਈਆਂ ਮਿੱਠੀਆਂ ਮਿੱਠੀਆਂ, ਅਤੇ ਪਹੁੰਚ ਗਏ ਅਸੀਂ ਬਰਗਰ ਖਾਣ। ਅਤੇ ਸਰਦਾਰ ਹੋਣੀ ਭੱਜ ਗਏ ਅੰਦਰ ਵੜ ਗਏ, ਜਿੱਦਾਂ ਕਿਤੇ ਪਹਿਲੇ ਬਰਗਰ ਤਿਆਰ ਬਰ ਤਿਆਰ ਹੋਵੇ। ਅਤੇ ਹੁਣ ਪੁੱਛਦਾ ਆ ਵੀ ਆਪਾਂ ਬੈਠਾ ਗਏ ਕਿੱਥੇ, ਕੁਰਸੀਆਂ ਤਾਂ ਸਾਰੀਆਂ ਹੀ ਖਾਲੀ ਆ। ਅਤੇ ਲਓ ਜੀ ਔਡਰ ਵੱਲ ਕਰਤਾ ਆ ਇਸ਼ਾਰਾ ਵੀ ਔਡਰ ਕਰ ਦਿਓ, ਅਤੇ ਔਡਰ ਆ ਗਿਆ ਆ। ਅਤੇ ਹੁਣ ਸਾਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ, ਕੋਈ ਚਿੰਤਾ ਨਹੀਂ, ਕਿਉਂਕਿ ਖਾਣ ਪੀਣ ਨੂੰ ਫਰਾਈਆਂ, ਕੋਕ, ਬਰਗਰ ਸਾਰਾ ਕੁਛ ਸਾਡੇ ਸਾਹਮਣੇ ਪਿਆ ਆ, ਅਤੇ ਅਸੀਂ ਖਾ ਲਿਆ ਆ। ਅਤੇ ਲਓ ਜੀ ਖਾ ਪੀ ਕੇ ਪੇਟ ਪੂਜਾ ਕਰਕੇ ਸਰਦਾਰ ਹੋਣੀ ਪੌੜੀਆਂ 'ਚ ਸਾਹ ਲੈਂਦੇ ਹੋਏ, ਸਾਹ ਲੈ ਕੇ ਕਹਿੰਦੇ ਵੀ ਹੁਣ ਬੱਸ ਬੱਸ ਆ, ਅਤੇ ਚਲੋ ਚੱਲੀਏ ਘਰ ਨੂੰ। ਅਤੇ ਥੱਕ ਗਏ ਸੀ, ਅਤੇ ਜਾਂਦੇ ਜਾਂਦੇ ਸਰਦਾਰ ਹੋਣੀ ਸੀਟ 'ਤੇ ਹੀ ਗਏ ਆ ਸੌਂ, ਪਰ ਇਹ ਸੌਂ ਨਹੀਂ ਹੋ ਰਿਹਾ, ਇਹ ਚਾਰਜ ਹੋ ਰਹੇ ਆ। ਚਾਰਜ ਤਾਂ ਹੋ ਰਿਹਾ ਕਿਉਂਕਿ ਘਰ ਜਾ ਕੇ ਜਿਹੜੀਆਂ ਚੀਜ਼ਾਂ ਲਈਆਂ ਆ ਉਹਨਾਂ ਨਾਲ ਐਲਤਾਂ ਫੈਲਤਾਂ ਖੇਲੇ ਮੇਲੇ ਕਰਨੇ ਆ।